ਔਰਤ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਥ ਵਿੱਚੋਂ ਛੇਕੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਸੁੱਚਾ ਸਿੰਘ ਲੰਗਾ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਦੇ ਦਿਖਾਈ ਦੇ ਰਹੇ ਨੇ। ਪੰਚਾਇਤੀ ਚੋਣਾਂ ਵਾਲੇ ਦਿਨ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਕੀਤੇ ਜਾਣ ਦੇ ਦੋਸ਼ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੁੱਚਾ ਸਿੰਘ ਲੰਗਾ ਅਤੇ ਉਹਨਾਂ ਦੇ ਬੇਟੇ ਦੀ ਅਗਵਾਈ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸੁੱਚਾ ਸਿੰਘ ਲੰਗਾ ਖੁੱਲ੍ਹੇਆਮ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀਆਂ ਦਿੰਦੇ ਦਿਖਾਈ ਦਿੱਤੇ। ਅੱਜ ਦਾ ਜੋ ਹਲਕੇ ਡੇਰੇ ਬਾਬੇ ਨਾਨਕ ਵਿੱਚ 95% ਪੰਚਾਇਤਾਂ ਦੇ ਕਾਗਜ਼ ਰੱਦ ਕਰਕੇ ਪਿਛਲਿਆਂ ਦਿਨਾਂ 'ਚ ਸਰਪੰਚੀ ਇਲੈਕਸ਼ਨ ਕਿਸੇ ਨੂੰ ਲੜਨੀ ਨਹੀਂ ਦਿੱਤੀ। ਸਿਰਫ 15-16 ਪੰਚਾਇਤਾਂ 300-325 ਪੰਚਾਇਤ ਵਿੱਚੋਂ ਇਲੈਕਸ਼ਨਾਂ ਲੜ ਰਹੀਆਂ ਨੇ। ਉਹਨਾਂ ਵਿੱਚ ਇੱਕ ਪਿੰਡ ਆ ਸ਼ਕਰੀ, ਧਾਰੀਵਾਲ ਬਲਾਕ ਦੇ ਵਿੱਚ ਇਹ ਪਿੰਡ ਪੈਂਦਾ ਵਾ। ਰਣਜੀਤ ਸਿੰਘ ਪਿਛਲੇ 35 ਸਾਲ ਤੋਂ ਸਰਪੰਚ ਬਣਦਾ ਆ ਰਿਹਾ, ਬਜ਼ੁਰਗ ਆਦਮੀ। ਅੱਜ ਬੜੀ ਵੱਡੀ ਪੱਧਰ 'ਤੇ ਗੁੰਡਾਗਰਦੀ ਕੀਤੀ ਹੈ ਪਿੰਡ ਦੇ ਵਿੱਚ, ਉਹਦੀ ਪੱਗ ਲਾਈ, ਸੱਟਾਂ ਲਾਈਆਂ। ਔਰ ਮੈਂ ਸਮਝਦਾ ਕਿ ਗੁੰਡਾਗਰਦੀ ਦੀਆਂ ਹੱਦਾਂ ਟੱਪ ਗਏ ਨੇ। ਮੈਂ ਇਸ ਸਮੇਂ ਕਹਿਣਾ ਚਾਹੁੰਦਾ ਸੁੱਖੀ ਰੰਧਾਵੇ ਨੂੰ, ਅੱਜ ਵਿਆਹ ਵਾ ਤੁਹਾਡੇ ਘਰ, ਤੁਸੀਂ ਪਾਈਏ ਸਾਨੂੰ ਭਾਜੀ, ਅਸੀਂ ਇੰਨੇ ਮੂਜੀ ਨਹੀਂ ਜਿਹੜੇ ਤੈਨੂੰ ਤੇ ਤੇਰਿਆਂ ਗੁੰਡਿਆਂ ਨੂੰ ਸਮਾਂ ਆਉਣ ਤੇ ਜਿੱਦਣ ਸਾਡੇ ਘਰ ਕੱਲ ਨੂੰ ਵਿਆਹ ਹੋਣਾ ਅਸੀਂ ਭਾਜੀ ਨਾ ਮੋੜੀਏ, ਅਸੀਂ ਇਹ ਭਾਜੀ ਮੋੜਾਂਗੇ। ਔਰ ਮੈਂ ਇਹ ਸਮਝਦਾ ਵਾਂ ਉਹਨਾਂ ਅਫਸਰਾਂ ਦਾ ਮੈਂ ਧੰਨਵਾਦ ਕਰਨਾ ਵਾਂ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਕਿਹਾ ਕਿ ਰਾਤ ਜਿਹੜੇ ਇਲੈਕਸ਼ਨ ਲੜਦੇ ਨੇ ਇਹਨਾਂ ਨੂੰ ਚੁੱਕ ਕੇ ਤੇ ਕਿਤੇ ਲੈ ਜਾਓ ਤੇ ਲੋਕ ਵੋਟਾਂ ਪਾਉਣੀ ਨਾ ਆਉਣ। ਉਹਨਾਂ ਅਫਸਰਾਂ ਦਾ ਮੈਂ ਧੰਨਵਾਦ ਕਰਨਾ, ਸਮਾਂ ਆਉਣ 'ਤੇ ਉਹਨਾਂ ਦਾ ਸਤਿਕਾਰ ਮਾਣ ਜਿਹੜਾ ਵਾ ਉਹ ਕੀਤਾ ਜਾਵੇਗਾ। ਗੁੰਡਿਆਂ ਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਅਸੀਂ ਮਰ ਨਹੀਂ ਜਾਣਾ, ਕਿਤੇ ਤੁਰ ਨਹੀਂ ਜਾਣਾ। ਗਿਣ ਗਿਣ ਕੇ ਲਿਸਟਾਂ ਬਣਦੀਆਂ, ਲੱਭ ਲੱਭ ਕੇ ਤੁਹਾਨੂੰ ਕੁੱਟ ਕੁੱਟ ਕੇ ਤੁਹਾਡੀ ਲਿੱਦ ਕੱਢ ਦਿਆਂਗੇ ਸਮਾਂ ਆਉਣ 'ਤੇ। ਮੈਂ ਇਸ ਹਲਕੇ ਦੇ ਵਿਧਾਇਕ ਮਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਨੂੰ ਮੈਂ ਕਹਿਣਾ ਚਾਹੁੰਦਾ ਇੰਨੇ ਮਾਣ ਹਗਮਾਣ 'ਚ ਨਹੀਂ ਰਹੀਦਾ। ਮੈਂ ਮਰ ਗਿਆ ਤੇ ਤੇਰੇ 'ਤੇ ਤੇਰੇ ਮੁੰਡੇ 'ਤੇ ਪਰਚਾ ਹੋਵੇਗਾ, ਤੇ ਜੇ ਤੂੰ ਮਰ ਜਾਏਗਾ ਤੇ ਮੇਰੇ ਤੇ ਮੇਰੇ ਮੁੰਡੇ 'ਤੇ ਪਰਚਾ ਕਰਾ ਦੀਆਂ, ਅਸੀਂ ਭੁਗਤਣ ਲਈ ਤਿਆਰ ਹਾਂ। ਮੈਂ ਆਸ ਰੱਖਣਾ ਵਾਂ ਕਿ ਇਹ ਬੂਥ ਕੈਂਸਲ ਕਰਕੇ ਦੁਬਾਰਾ ਇਹਦੀ ਡੇਟ ਦੇ ਕੇ ਪ੍ਰਸ਼ਾਸਨ ਵਧੀਆ ਢੰਗ ਦੇ ਨਾਲ ਇਹ ਇਲੈਕਸ਼ਨ ਜਿਹੜੀ ਹੈ ਇਹ ਕਰਵਾਊਗਾ। ਅਸੀਂ ਧਰਨਾ ਦਿੱਤਾ, ਰੋਸ ਕੀਤਾ, ਜਿਹੜਾ ਸਾਡਾ ਫਰਜ਼ ਬਣਦਾ ਸੀਗਾ। ਮੈਂ ਬਤੌਰ ਇੱਕ ਸਿਪਾਹੀ ਹਮਦਰਦ ਹੋਣ ਦੇ ਨਾਤੇ ਆਪਣੇ ਇੱਥੇ ਆਇਆ ਵਾਂ। ਇਸ ਸਮੇਂ ਖਾਸ ਗੱਲ ਦੇਖਣ ਵਾਲੀ ਇਹ ਰਹੀ ਕਿ ਸੁੱਚਾ ਸਿੰਘ ਲੰਗਾ ਦੇ ਨਾਲ ਉਹਨਾਂ ਦੇ ਬੇਟੇ ਸੁਖਜਿੰਦਰ ਸਿੰਘ ਲੰਗਾ ਵੀ ਉੱਥੇ ਦੇਖਣ ਨੂੰ ਮਿਲੇ ਅਤੇ ਜੋ ਵੀ ਧਰਨਾ ਦੇਣ ਵੇਲੇ ਨਾਰੇ ਲਗਾਏ ਗਏ ਉਹਨਾਂ ਵਿੱਚ ਸੋਨੂੰ ਲੰਗਾ ਜ਼ਿੰਦਾਬਾਦ ਦੇ ਨਾਰੇ ਜ਼ਿਆਦਾਤਰ ਦੇਖਣ ਨੂੰ ਮਿਲੇ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਰੇ ਵੀ ਉੱਥੇ ਲੱਗਦੇ ਦਿਖਾਈ ਦਿੱਤੇ। ਇਸ ਤੋਂ ਆਸ ਲਗਾਈ ਜਾ ਰਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਲੰਗਾ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਵਾਪਸ ਲਏਗਾ। ਬਿਊਰੋ ਰਿਪੋਰਟ, ਦ ਪੰਜਾਬ ਟੀਵੀ।